Abhijit. Hi, thank you so much for coming here and a very, very congratulations for getting your approval. Thank you, ma'am. Thank you to the Abdul sir and the stepwise immigration. So today I got the work permit just because of you guys. Thank you so much. And thank you, Sarabjit, for sanu tusi video testimonial layi tusi agree hoye. Actually, ye video testimonial assi taan karde haan ki so that jinna da tuhade vaangu similar case hove, ਉਹਨਾਂ ਨੂੰ ਹੈਲਪ ਮਿਲ ਸਕੇ ਅਤੇ ਉਹਨਾਂ ਨੂੰ ਇੱਕ ਰਾਈਟ ਐਡਵਾਈਸ ਮਿਲ ਜਾਏ ਮਿਲ ਸਕੇ ਐਂਡ ਰਾਈਟ ਪਾਥ ਮਿਲ ਸਕੇ ਕਿ ਉਹ ਵੀ ਤੁਹਾਡੇ ਵਾਂਗੂ ਅਪਰੂਵਲ ਲੈਣ ਪਾਉਣ। ਤੁਸੀਂ ਮੈਨੂੰ ਇਹ ਦੱਸ ਸਕਦੇ ਹਾਂ ਕਿ ਤੁਸੀਂ ਆਪਣੇ ਕੇਸ ਬਾਰੇ ਥੋੜ੍ਹਾ ਜਿਹਾ ਸਮਝਾਓਗੇ ਕਿ ਕੀ ਤੁਹਾਨੂੰ ਡਰ ਸੀ, ਕੀ ਤੁਹਾਡੇ ਕੇਸ ਬਾਰੇ ਸੀ, ਸਾਰਾ ਕੁਛ ਦੱਸੋਗੇ ਇੱਕ ਵਾਰ। ਹਾਂਜੀ ਮੈਮ, ਜਦੋਂ ਮੈਂ ਪਹਿਲਾਂ PGWP ਅਪਲਾਈ ਕੀਤਾ ਸੀਗਾ ਫਰੋਮ ਦਾ ਅਨਦਰ ਲਾਈਕ ਕੰਸਲਟੈਂਟ, ਉਹਨਾਂ ਕੋਲ ਵੀ ਲਾਈਕ ਲਾਈਸੈਂਸ ਕੰਸਲਟੈਂਟ ਸੀ ਉਹ, ਬਟ ਉਹਨਾਂ ਨੇ ਮੇਰੀ ਫਾਈਲ ਲਾਈ ਕਿ ਉਹਨਾਂ ਨੇ ਮੈਂ ਔਨਲਾਈਨ ਉਹਨਾਂ ਨੂੰ ਡਾਕੂਮੈਂਟ ਸਬਮਿਟ ਕੀਤੇ ਤਾਂ ਉਹਨਾਂ ਨੇ ਫਾਈਲ ਆਤੀ ਸੀ ਮੈਨੂੰ, ਤਾਂ ਮੈਂ ਆਈ ਗਾਟ ਲਾਈਕ ਅ ਰਿਫਿਊਜ਼ਲ। ਦੈਨ ਇਟ ਵਾਸ ਲਾਈਕ ਵੈਰੀ ਸਟ੍ਰੈਸਡ ਕਿ ਕੀ ਹੋਊਗਾ ਕੀ ਨਹੀਂ, ਜਾਂ ਕੀ ਆਪਸ਼ਨਸ ਹੋ ਲਾਈਕ ਮੇਰੇ ਕੋਲ ਹੈਗੇ ਆ, ਤਾਂ ਬਹੁਤ ਥੋੜ੍ਹੀਆਂ ਆਪਸ਼ਨ ਸੀ। ਤਾਂ ਰੀਜ਼ਨ ਵਾਸ ਕਿ ਮੈਂ ਪਾਰਟ ਟਾਈਮ ਸੀ। ਜਦੋਂ ਉਹਨਾਂ ਨੇ ਫਾਈਲ ਲਾਈ ਸੀ ਫਸਟ ਟਾਈਮ, ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਤੁਸੀਂ ਪਾਰਟ ਟਾਈਮ ਕਿਉਂ ਸੀ, ਉਹ ਵੀ ਇੱਕ ਲਾਈਕ ਉਹਨਾਂ ਕੋਲ ਲਾਇਸੈਂਸ ਸੀ, ਬਟ ਉਹਨਾਂ ਨੇ ਕੋਈ ਡਿਟੇਲ ਨਾਲ ਮੈਨੂੰ ਪੁੱਛਿਆ ਨਹੀਂ ਕਿ ਤੁਹਾਡਾ ਇਹਦਾ ਕਾਰਨ ਕੀ ਆ। ਉਹਨਾਂ ਨੇ ਨੋਰਮਲ ਲਾ ਤੀ ਜਿੱਦਾਂ ਆਪਾਂ ਵੀ ਲਾ ਸਕਦੇ ਹਾਂ। ਤਾਂ ਆਈ ਗੋਟ ਰਿਫਿਊਜ਼ਲ, ਦੈਨ ਆਈ ਅਪਰੋਚ ਟੂ ਦਾ ਲਵਜੋਤ ਸਰ ਐਂਡ ਦਾ ਸਟੈਪ ਵਾਈਜ਼ ਇਮੀਗ੍ਰੇਸ਼ਨ। ਓਕੇ, ਮਤਲਬ ਇਹ ਤੁਹਾਡੀ ਪਾਰਟ ਟਾਈਮ ਪੂਰੀ ਸਟੱਡੀ ਤੁਹਾਡੀ ਪਾਰਟ ਟਾਈਮ ਸੀ ਜਾਂ ਕਿਵੇਂ, ਤੁਸੀਂ ਦੱਸੋਗੇ ਇਸ ਬਾਰੇ? ਮੇਰਾ ਮੈਮ ਇੱਕ ਸਮੈਸਟਰ ਪਾਰਟ ਟਾਈਮ ਸੀ, ਜਿਹਦੇ ਵਿੱਚ ਕਿ ਮੈਨੂੰ ਕਲਾਸਿਸ ਆਪਾਂ ਨੂੰ ਪਤਾ ਕਿ ਬਹੁਤ ਛੇਤੀ ਲਾਈਕ ਫੇਲ ਹੋ ਗਿਆ ਸੀ, ਤਾਂ ਮੈਨੂੰ ਮੇਰੇ ਕੋਲ ਲਾਈਕ ਉਸ ਚੀਜ਼ ਦਾ ਕੋਈ ਪਰੂਫ ਨਹੀਂ ਸੀ ਉਹਨੂੰ ਪਰੂਵ ਕਰਨ ਲਈ ਕਿ ਮੈਂ ਕਿੱਦਾਂ ਪਰੂਵ ਕਰ ਸਕਦੀ ਹਾਂ। ਤਾਂ ਉਹ ਮੇਰਾ ਇੱਕ ਸੈਮ ਸੀਗਾ ਪਾਰਟ ਟਾਈਮ। ਓਕੇ, ਸੋ ਦੈਟਸ ਅ ਬਿਗੈਸਟ ਰੀਜ਼ਨ ਬਿਹਾਈਂਡ ਯੂਰ ਕੇਸ। ਸੋ ਆਫਟਰ ਗੈਟਿੰਗ ਵਨ ਰਿਫਿਊਜ਼ਲ, what are the fear you had before coming here and during your file submission? Matlab keho eho je kede dar si tuhanu ke jadon tadi file lag rahi si sade ton aun ton pehla tuhanu keho je dar si? ਹਾਂਜੀ, ਜਿੱਦਣ ਮੇਰੀ ਰਿਫਿਊਜ਼ਲ ਆਈ ਆ ਫਸਟ ਟਾਈਮ PGWP ਦੀ, ਤਾਂ ਉਹਨਾਂ ਨੇ ਮੈਨੂੰ ਨਾਲ ਹੀ ਕਹਿਤਾ ਸੀ ਕਿ ਤੇਰਾ ਅੱਜ ਹੀ ਸਟੇਟਸ ਐਕਸਪਾਇਰ ਹੈ, ਈਵਨ ਕਿ ਲਾਈਕ ਆਈ ਹੈਵ ਅ ਵੈਲਿਡ ਸਟੱਡੀ ਪਰਮਿਟ। ਤਾਂ ਮੈਂ ਬਹੁਤ ਡਰ ਗਈ ਸੀ ਕਿ ਮੈਨੂੰ ਇੱਕਦਮ ਸਾਰੀਆਂ ਜੋਬ ਛੱਡਣੀਆਂ ਪੈ ਗਈਆਂ ਅਤੇ ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀ। ਦੈਨ ਲਾਈਕ ਮੈਂ ਸਰਚ ਕੀਤਾ ਗੂਗਲ 'ਤੇ ਐਂਡ ਦੈਨ ਗੂਗਲ ਰਿਵਿਊ 'ਤੇ ਮੈਂ ਸਰਚ ਦੇਖੀ, ਤਾਂ ਮਤਲਬ ਸਟੈਪ ਵਾਈਜ਼ ਇਮੀਗ੍ਰੇਸ਼ਨ ਦੇ ਲਾਈਕ ਰਿਵਿਊਜ਼ ਬਹੁਤ ਬਹੁਤ ਵਧੀਆ ਸੀਗੇ, ਅਤੇ ਉਹਦੇ ਵਿੱਚ ਕਿ ਮੈਨੂੰ ਵਧੀਆ ਲੱਗਿਆ ਕਿਉਂਕਿ ਉਹਦੇ ਵਿੱਚ ਕਿ PGWP ਦੇ ਲਾਈਕ ਪਾਰਟ ਟਾਈਮ ਵਾਲੇ ਸਟੂਡੈਂਟ ਨੇ ਵੀ ਰਿਵਿਊ ਦਿੱਤੇ ਹੋਏ ਸੀ, ਜਿਨ੍ਹਾਂ ਦੀਆਂ ਬਹੁਤ ਬਹੁਤ ਅਪਰੂਵਲਸ ਆਈਆਂ ਹੋਈਆਂ ਲਾਈਕ ਆਫਟਰ ਟਵਾਈਸ ਰਿਫਿਊਜ਼ਲ। ਅਤੇ ਫਿਰ ਮੈਨੂੰ ਲੱਗਿਆ ਕਿ ਮੈਨੂੰ ਇੱਕ ਵਾਰ ਜ਼ਰੂਰ ਜਾਣਾ ਚਾਹੀਦਾ ਆ ਸਟੈਪ ਵਾਈਜ਼ ਇਮੀਗ੍ਰੇਸ਼ਨ ਕੋਲ। ਓਕੇ, ਥੈਂਕ ਯੂ। ਐਂਡ ਵਟ ਡਿਡ ਵੀ ਡਿਫਰੈਂਟ, ਮਤਲਬ ਅਸੀਂ ਤੁਹਾਡੇ ਕੇਸ ਵਿੱਚ ਇਹੋ ਜਿਹਾ ਡਿਫਰੈਂਟ ਕੀ ਕੀਤਾ? ਹਾਂਜੀ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਪਹਿਲਾਂ ਵਾਲੇ ਕੰਸਲਟੈਂਟ ਵੀ ਲਾਈਕ ਇੱਕ ਲਾਇਸੈਂਸਡ ਕੰਸਲਟੈਂਟ ਆ, ਬਟ ਉਹਨਾਂ ਨੇ ਕੋਈ ਡਿਟੇਲ ਨਾਲ ਨਹੀਂ ਲਾਈਕ ਫਾਈਲ ਦੇਖੀ। ਤਾਂ ਉਹਨਾਂ ਨੇ ਆਈ ਥਿੰਕ ਲਾਈਕ ਮੈਂ ਹੁਣ ਸੋਚਦੀ ਹਾਂ ਜੇ ਉਹ ਮੇਰੀ ਫਾਈਲ ਲਾਈਕ ਧਿਆਨ ਨਾਲ ਦੇਖਦੇ ਤਾਂ ਉਹ ਹੀ ਮੈਥੋਂ ਲਾਈਕ ਕਾਰਨ ਲਾਈਕ ਲੈ ਕੇ ਵਿੱਚ ਲਿਖਦੇ, ਤਾਂ ਮੇ ਬੀ ਮੈਂ ਫਸਟ ਟਾਈਮ ਹੀ ਲਾਈਕ PGWP ਆ ਜਾਣਾ ਸੀ। ਪਰ ਮੈਂ ਜਦੋਂ ਨਵਜੋਤ ਸਰ ਕੋਲ ਆਈ ਤਾਂ ਸਰ ਨੇ ਪੂਰਾ ਡਿਟੇਲ ਮੈਨੂੰ ਕਾਰਨ ਪੁੱਛੇ ਕਿ ਕੀ ਕਾਰਨ ਸੀਗੇ, ਤੁਸੀਂ ਕਿਹੜੇ ਪਹਿਲਾਂ ਮੈਂ ਕਾਲਜ ਟ੍ਰਾਂਸਫਰ ਕੀਤਾ ਸੀ, ਤੁਸੀਂ ਕਿਉਂ ਕੀਤਾ ਸੀ, ਕਦੋਂ ਕੀਤਾ ਸੀ, ਤੁਸੀਂ ਬੈਕ ਹੋਮ ਲਾਈਕ ਕਿਹੜੀ ਲਾਈਕ ਸਟੱਡੀ ਕੀਤੀ ਹੈ। ਸਰ ਨੇ ਸਾਰੇ ਪਰੂਫ ਇਕੱਠੇ ਕੀਤੇ, ਤਾਂ ਜਦੋਂ ਐਫੀਡੈਵਿਟ ਬਣਾਇਆ ਤਾਂ ਉਦੋਂ ਸਰ ਨੇ ਲਾਈਕ ਪੂਰਾ ਡਿਟੇਲ ਦੇ ਵਿੱਚ ਲਿਖਿਆ, ਤਾਂ ਮੈਂ ਖੋਲ ਹੀ ਬੈਠੀ ਸੀ। ਟ੍ਰਾਂਸਪੇਰੈਂਟਲੀ ਕੰਮ ਹੋਇਆ ਆ ਕਿ ਮੈਨੂੰ ਪਤਾ ਸੀ ਇਸ ਵਾਰੀ ਫਾਈਲ ਦੇ ਵਿੱਚ ਕੀ ਲੱਗਿਆ ਹੋਇਆ। ਸੋ ਦੈਟਸ ਲਾਈਕ ਅ ਡਿਫਰੈਂਟ ਫਰੋਮ ਦ ਅਨਦਰ ਕੰਸਲਟੈਂਟ। ਥੈਂਕ ਯੂ। ਐਂਡ ਅਸੀਂ ਮਤਲਬ ਤੁਸੀਂ ਦੱਸ ਸਕਦੇ ਹੋ ਕਿ ਮੈਂ ਐਕਚੁਅਲੀ ਕਿ ਬਾਕੀ ਸਟੂਡੈਂਟਸ ਨੂੰ ਵੀ ਹੈਲਪ ਮਿਲ ਸਕੇ ਕਿ ਅਸੀਂ ਤੁਹਾਡਾ ਕੇਸ ਕਿਵੇਂ ਹੈਂਡਲ ਕੀਤਾ? ਹਾਂਜੀ, ਜਦੋਂ ਮੈਂ ਸਾਰਿਆਂ ਨੂੰ ਇੱਦਾਂ ਹੀ ਕਹੂੰਗੀ ਕਿ ਸਾਰੇ ਆਪਾਂ ਨੂੰ ਡਰਾਉਂਦੇ ਹੁੰਦੇ ਆ ਕਿ ਤੁਸੀਂ LMI ਲੈ ਲਓ ਜਾਂ ਦੁਬਾਰਾ ਸਟੱਡੀ ਲੈ ਲਓ, ਆਪਾਂ ਪਹਿਲਾਂ ਹੀ ਸਟੱਡੀ ਲਾਈਕ ਬਹੁਤ ਔਖੇ ਹੋ ਕੇ ਡਨ ਕਰਦੇ ਆ, ਰਾਈਟ? ਬਹੁਤ ਲਾਈਕ ਕਈ ਕਾਲਜ ਬਹੁਤ ਔਖੇ ਆ ਲਾਈਕ ਪੜ੍ਹਾਈ ਹੈਗੀ ਆ, ਤਾਂ ਆਪਾਂ LMI ਵੀ ਨਹੀਂ ਲੈ ਸਕਦੇ ਹੁੰਦੇ। ਤਾਂ ਮੈਂ ਸਰ ਜੇ ਵੀ ਕੋਈ ਸਟੱਕ ਹੈ ਤਾਂ ਤੁਸੀਂ ਇੱਕ ਵਾਰ ਜ਼ਰੂਰ ਸਟੈਪ ਵਾਈਜ਼ ਇਮੀਗ੍ਰੇਸ਼ਨ ਨੂੰ ਅਪਰੋਚ ਕਰੋ, ਦੈਨ ਤੁਹਾਨੂੰ ਸਿਰਫ ਇੱਕ ਐਡਵਾਈਸ ਨਾਲ ਹੀ ਪਤਾ ਲੱਗ ਜੂਗਾ ਕਿ ਹਾਂ ਕੀ ਡਿਫਰੈਂਟ ਹੈ ਇੱਥੇ ਆ ਕਿ ਦੂਸਰਿਆਂ ਨਾਲੋਂ।
ਤੇ ਤੁਹਾਡੀ ਇੱਕ ਲਾਈਕ ਹੋਪ ਬਣਦੀ ਹੈ ਕਿ ਸ਼ਾਇਦ ਆ ਸਕਦਾ ਹੈ, ਆਪਾਂ 100% ਸ਼ੋਰ ਨਹੀਂ ਹੋ ਸਕਦੇ ਰਾਈਟ, ਤਾਂ ਬਟ ਆਪਣੇ ਕੋਲ ਹੁੰਦਾ ਆ ਕਿ 80-90% ਵੀ ਆ ਸਕਦਾ ਆ ਤੁਹਾਡਾ ਲਾਈਕ ਦੁਬਾਰਾ ਅਕਟੋਬਰ। ਐਗਜੈਕਟਲੀ, ਸੋ ਜਿਵੇਂ ਕਿ ਤੁਸੀਂ ਦੱਸਿਆ ਕਿ ਹਨਾ ਕਿ ਤੁਹਾਡਾ ਇੱਕ ਦਿਨ ਹੀ ਬਚਿਆ ਸੀ, ਬਾਕੀ ਕਿਤੇ ਬੜਾ ਉਹਨਾਂ ਨੇ ਕੇਸ ਕਿ ਤੁਹਾਡੇ ਕੋਲ ਸਿਰਫ ਇੱਕੋ ਦਿਨ ਬਚਿਆ ਸੀ ਕਿ ਵੈਲਿਡ ਤੁਹਾਡਾ ਸਟੇਟਸ ਜਿਹੜਾ ਖਤਮ ਹੋਣ ਵਾਲਾ ਸੀ। ਹਾਂਜੀ, ਸੋ ਕਿਹਨਾਂ ਨੇ ਤੁਹਾਡੀ ਹੈਲਪ ਕੀਤੀ ਇਸ? ਹਾਂਜੀ, ਮੇਰੇ ਕੋਲ ਲਾਈਕ ਇੱਕ ਹੀ ਦਿਨ ਸੀਗਾ, ਤਾਂ ਦਿਵਿਆ ਮੈਮ ਨੇ ਐਫੀਡੈਵਿਟ ਬਣਾਏ ਕਿ ਜਦੋਂ ਆਪਾਂ ਕਾਰਨ ਐਕਸਪਲੇਨ ਕਰਦੇ ਹਾਂ ਤਾਂ ਅਸੀਂ ਡਿਫਰੈਂਟ ਲਾਈਕ ਸੈਪਰੇਟਲੀ ਇੱਕ ਐਫੀਡੈਵਿਟ ਤਿਆਰ ਕੀਤਾ, ਜਿਹਨੂੰ ਤਿਆਰ ਕਰਨ 'ਚ ਵੀ ਲਾਈਕ ਕਿ ਬਹੁਤ ਲਾਈਕ ਮੈਨੂੰ ਲੱਗਦਾ ਕਿ 1-2 ਘੰਟੇ ਆਰਾਮ ਨਾਲ ਲੱਗ ਜਾਂਦੇ ਆ, ਤਾਂ ਉਹ ਮੈਮ ਨੇ ਓਵਰ ਟਾਈਮ ਵੀ ਕੰਮ ਕੀਤਾ, ਰੀਅਲੀ ਐਪਰੀਸ਼ੀਏਟ। ਐਂਡ ਦੈਨ ਲਾਈਕ ਕਿ ਬਹੁਤ ਨਾਈਟ ਹੋ ਗਈ ਸੀ ਤਾਂ ਮੈਮ ਕੰਮ ਕਰਦੇ ਪਈ ਸੀ, ਤਾਂ ਉਹਨਾਂ ਨੇ ਬਹੁਤ ਹੈਲਪ ਕੀਤੀ।